वाहिगुरु जी का खालसा, वाहिगुरु जी की फतेह। मैं थोड़ी होस्ट रीत कौर, न्यूज़ टीवी 84 द नाल व्यूअर्स। भारती ला हेठ बहुत सारे मिनोरिटी वंस इंस्टीट्यूशन ने, जिमें लुधियाने दे विच क्रिश्चन मैडिकल कॉलेज है, और जिस तरह अपनियां 50% जिहड़ियां सीटां ने क्रिश्चन स्टूडेंट्स नूं दिंदे हन, अते बाकी दियां 50% सीटां बाकी स्टूडेंट्स नूं। इसी तरह दिल्ली दे विच जामिया मिलिया यूनिवर्सिटी है, जिहड़ियां 50% सीटां अपने मुसलमान स्टूडेंट्स दिंदे हन, अते बाकी दियां 50% सीटां स्टूडेंट अपने बाकी स्टूडेंट्स नूं दिंदे हन। इसी तरह दियां होर भी बहुत सारियां मिनोरिटी स्टेट इंस्टीट्यूशन हैं जिहड़ी कि मिनोरिटीज़ के पैसे दे नाल बनदियां हन, अते उस दियां 50% जिहड़ी सीटां हुंदियां ने उन्हां दे धर्मां दे स्टूडेंट्स दा उन्हां ते हक हुंदा है। इन्हां मिनोरिटी स्टेट इंस्टीट्यूशन दे विच श्रोमणी गुरद्वारा प्रबंधक कमेटी भी एक इंस्टीट्यूशन है, जिस थले बहुत सारे मैडिकल, इंजीनियरिंग, डेंटल कॉलेज हैं। इन्हां कॉलेज अते यूनिवर्सिटी दे विच 50% जिहड़ियां सीटां हुंदियां सिखां दे बच्चों नूं मिलदियां हन, अते बाकी दे 50% सीटां होर धर्मां दे स्टूडेंट्स नूं। पर कुछ साल पहला श्रोमणी कमेटी दियां संस्थावां तो घट गिनती संस्थावां दा दर्जा हटाउण बारे कोर्ट दे विच केस होया सी, जिस ते साडा अज दा इह प्रोग्राम बेस्ड है। सो अज असीं इस मुद्दे ते अते होर वी सर मुद्दियां ते गलबात करांगे दल खालसा जथेबंदी जनरल सकत्तर सरदार सरबजीत सिंह कुमान जी नाल, जिहड़े कि इस वेले अमृतसर तो साडा फोन लाइन ते जुड़ चुके ने। जी वीर जी, वाहिगुरु जी का खालसा, वाहिगुरु जी की फतेह। श्रोमणी कमेटी दे संस्थावां तों घट गिनती संस्थावां दा दर्जा हटाउण बारे जिहड़ा केस होया सी, इह क्यों केस होया सीगा, इस केस दा पिछोकड़ सानूं दस्सो। आसो जिस तरह इह केस हाईकोर्ट तों सुप्रीम कोर्ट दे विच गया है, इस बारे भी सानूं जानकारी दिओ। इस तों बाद सानूं इसे तरह इह भी जानना चाहवांगे, अगर सिख इह केस जित जांदे हन जां हार जांदे हन, इस दे की प्रभाव होणगे, इस बारे ਜਿਹੜੀ ਸਵੇ ਮਾਨ ਨਾਲ ਜਿਉਣਾ ਜਾਣਦੀ ਹੈ, ਅੱਜ ਉਸ ਸਿੱਖ ਕੌਮ ਨੂੰ ਭਾਰਤੀ ਜੁਡੀਸ਼ੀਅਲ ਸਿਸਟਮ ਦੇ ਸਾਹਮਣੇ ਇੱਕ ਤਰੀਕੇ ਨਾਲ ਲਲਕੜੀਆਂ ਕੱਢਣੀਆਂ ਪੈ ਰਹੀਆਂ ਨੇਗੀਆਂ ਕਿ ਸਾਨੂੰ ਘੱਟ ਗਿਣਤੀ ਮੰਨ ਲਓ ਜੀ, ਸਾਡਾ ਇਹ ਸਟੇਟਸ ਜਿਹੜਾ ਹੈਗਾ ਬਰਕਰਾਰ ਰਹੋ ਜੀ, ਅਸੀਂ ਮਰ ਜਾਵਾਂਗੇ, ਅਸੀਂ ਬੜੇ ਖਤਰੇ ਚ ਆ ਜਾਵਾਂਗੇ, ਇੱਦਾਂ ਦੀਆਂ ਦਲੀਲਾਂ ਦੇਖ ਕੇ ਸਾਨੂੰ ਕੋਰਟ ਨੂੰ ਔਰ ਇਸ ਭਾਰਤੀ ਨਿਜ਼ਾਮ ਨੂੰ ਕਾਇਲ ਕਰਨਾ ਪੈ ਰਿਹਾ। ਇਹ ਮੈਨੂੰ ਬੜਾ ਮਨ ਤੇ ਇੱਕ ਅਜੀਬ ਜਿਹਾ ਬੋਝ ਜਿਹੜਾ ਹੈਗਾ ਉਹ ਛਾਇਆ। ਦੂਸਰੀ ਜਿਹੜੀ ਗੱਲ ਹੈ ਕਿ ਇਹ ਹੋ ਕੀ ਰਿਹਾ, ਜਿਵੇਂ ਆਪਾਂ ਪਹਿਲੋਂ ਗੱਲ ਦੱਸੀ ਹੈ ਕਿ ਸਾਰੀਆਂ ਹੀ ਕੌਮਾਂ ਜਿਹੜੀਆਂ ਇੱਥੇ ਹੈਗੀਆਂ ਉਹ ਆਪੋ ਆਪਦੇ ਅਦਾਰੇ ਬਣਾਉਂਦੀਆਂ, ਉਵੇਂ ਸਿੱਖਾਂ ਨੇ ਗੁਰੂ ਦੀ ਗੋਲਕ ਦੇ ਪੈਸੇ ਦੇ ਨਾਲ, ਸਿੱਖ ਸੰਗਤ ਦੇ ਪੈਸੇ ਦੇ ਨਾਲ ਜਿਹੜੇ ਅਦਾਰੇ ਆ ਉਹ ਬਣਾਏ ਆ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਆ ਲੁਧਿਆਣੇ, ਔਰ ਇਸੇ ਤਰ੍ਹਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਵੱਲੇ ਪਿੰਡ ਦੇ ਕੋਲ ਹੋਠੀਆਂ ਦੇ ਕੋਲ ਗੁਰੂ ਰਾਮਦਾਸ ਮੈਡੀਕਲ ਕਾਲਜ ਆ ਜੀ। ਇੱਥੇ ਜਿਹੜੀਆਂ 50% ਜਿਹੜੀਆਂ ਸੀਟਾਂ ਸੀਗੀਆਂ ਉਹ ਰਿਜ਼ਰਵ ਹੋਈਆਂ ਸੀਗੀਆਂ ਕਿ ਸਿੱਖ ਕੋਟਾ ਆ, ਮਤਲਬ ਉਹ ਸਿੱਖਾਂ ਦੇ ਬੱਚਿਆਂ ਨੂੰ ਮਿਲਣ। ਉਹਦੇ ਨਾਲ ਕੀ ਹੁੰਦਾ ਸੀਗਾ ਕਿ ਜਿਹੜਾ ਪ੍ਰੋਸਪੈਕਟ ਆ ਉਹਦੇ ਵਿੱਚ ਲਿਖਿਆ ਵੀ ਹੋਇਆ ਇਸ ਗੱਲ ਨੂੰ ਕਿ ਸਿੱਖ ਬੱਚਾ ਮਤਲਬ ਜਿਹੜਾ ਸਿੱਖ ਮਰਿਆਦਾ ਨੂੰ ਪੂਰਾ ਫਾਲੋ ਕਰਦਾ, ਇਹਦੇ ਨਾਲ ਇੱਕ ਤਾਂ ਉਸ ਬੱਚੇ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਮਿਲਦਾ ਮੌਕਾ, ਤੇ ਨਾਲ ਦੀ ਨਾਲ ਉਸ ਬੱਚੇ ਨੂੰ ਇਹ ਪਤਾ ਹੁੰਦਾ ਕਿ ਮੈਂ ਸਿੱਖ ਮਰਿਆਦਾ ਤੇ ਪੂਰਾ ਰਹਿਣਾ, ਕਿਉਂਕਿ ਉੱਥੇ ਹਲਫੀਆ ਬਿਆਨ ਐਫੀਡੇਵਿਟ ਵੀ ਦੇਣਾ ਪਊਗਾ ਕਿ ਮੈਂ ਪੂਰਾ ਤੌਰ ਤੇ ਸਿੱਖ ਵਾਂ ਤੇ ਸਿੱਖੀ ਦੇ ਵਿੱਚ ਮੈਂ ਪਰਪੱਕਤਾ ਜਿਹੜੀ ਦ੍ਰਿੜਤਾ ਹੈਗੀ ਆ ਉਹ ਰੱਖ ਰਿਹਾ। ਇਹ ਤਰੀਕੇ ਨਾਲ ਇਹ ਚੀਜ਼ ਸੀ, ਪਰ ਇੱਕ ਵਿਦਿਆਰਥਣ ਨੂੰ ਡਿਨਾਈ ਹੋ ਗਿਆ, ਐਡਮਿਸ਼ਨ ਨਹੀਂ ਮਿਲੀ ਕਿਉਂਕਿ ਉਹਦੇ ਜਿਹੜਾ ਸੀਗਾ ਸਿੱਖ ਮਰਿਆਦਾ ਦੇ ਅਨੁਸਾਰ ਜਾਂ ਪ੍ਰੋਸਪੈਕਟ ਦੇ ਵਿੱਚ ਜਿਹੜਾ ਲਿਖਿਆ ਹੋਇਆ ਉਹਦੇ ਅਨੁਸਾਰ ਉਹ ਠੀਕ ਨਹੀਂ ਸੀ, ਕਿਉਂਕਿ ਉਹ ਜਦੋਂ ਸਿੱਖ ਜਿਹੜੀ ਨਿਯਮ ਨੇ ਸਾਡੇ ਜਦੋਂ ਕਿ ਉਹਨੂੰ ਫਾਲੋ ਨਹੀਂ, ਸਾਡੇ ਬਹੁਤ ਸਾਰੇ ਬੱਚੇ ਬੱਚੀਆਂ ਆਪਾਂ ਜਾਣਦੇ ਹਾਂ ਕਿ ਫਾਲੋ ਨਹੀਂ ਕਰਦੇ ਨਿਯਮਾਂ ਨੂੰ ਪਰਿਵਾਰਾਂ ਦੇ ਵਿੱਚ ਆਲੇ ਦੁਆਲੇ ਵਿੱਚ ਜਿਹੜਾ ਸਿੱਖੀ ਪ੍ਰਤੀ ਅਣਗਹਿਲੀ ਆ ਉਹਦਾ ਇਹਨਾਂ ਨੂੰ ਹੁਣ ਉਹ ਬੱਚੀ ਜਿਹੜੀ ਸੀ ਉਹ ਉਹਦਾ ਇਹੀ ਸਟੈਂਡ ਕਿ ਨਹੀਂ ਜੀ ਜਿਹੜਾ ਸਿੱਖਾਂ ਦੇ ਘਰੇ ਜੰਮਿਆ ਜੀ ਦਸ ਗੁਰੂ ਸਾਹਿਬਾਨ ਨੂੰ ਮੱਥੇ ਟੇਕਦਾ, ਬਸ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦਾ ਜੀ ਉਹ ਤਾਂ ਜੀ ਸਿੱਖ ਆ ਜੀ ਬਸ ਜੀ। ਹੁਣ ਇਹ ਇੱਕ ਬੜੀ ਅਜੀਬ ਜੀ ਪੋਜੀਸ਼ਨ ਆ, ਜਦੋਂ ਕਿ ਜਿਹੜਾ ਹੈਗਾ ਆਮ ਤੌਰ ਤੇ ਉੱਤੇ ਆਪਾਂ ਬੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦੇ ਹਾਂ, ਪਰ ਜਦੋਂ ਇੱਕ ਲੀਗਲ ਜਦੋਂ ਇੱਕ ਕੰਸਟੀਟਿਊਸ਼ਨਲ ਬੋਡੀ ਜਾਂ ਇਸ ਤਰ੍ਹਾਂ ਚੀਜ਼ ਹੋਵੇ ਉੱਥੇ ਬੜੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਇਹ ਤਾਂ ਫਿਰ ਖੁੱਲ੍ਹ ਦੇਣ ਵਾਲੀ ਗੱਲ ਹੋ ਜਾਣੀ ਸੀਗੀ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਚਾਹੇ ਉਹ ਸਿੱਖੀ ਦੇ ਨਿਯਮਾਂ ਤੇ ਪੂਰਾ ਹੈਗਾ, ਨਹੀਂ ਫਿਰ ਐਡਮਿਸ਼ਨ ਮਿਲੇਗੀ। ਸੋ ਜਦੋਂ ਉਸ ਬੱਚੀ ਦਾ ਇਹ ਮਾਮਲਾ ਜਿਹੜਾ ਸੀਗਾ ਉਹ ਉਭਰਿਆ ਤਾਂ ਉਹ ਕੋਰਟ ਚ ਚਲੇ ਗਿਆ ਕੇਸ,
ਤੇ ਉੱਥੇ ਗੱਲ ਤਾਂ ਕੱਲੀ ਇੰਨੀ ਹੋਣੀ ਸੀ ਕਿ ਕੀ ਇਹ ਬੱਚੀ ਜਿਹੜੀ ਹੈਗੀ ਆ ਇਹਦਾ ਮਾਮਲਾ ਜਿਹੜਾ ਹੈ ਕਿ ਇਹਨੂੰ ਐਡਮਿਸ਼ਨ ਮਿਲਣੀ ਚਾਹੀਦੀ ਹੈ ਨਹੀਂ ਮਿਲਣੀ ਚਾਹੀਦੀ। ਕਿਉਂਕਿ ਜਿਹੜੀ ਗੱਲ ਸੀ ਕਿ ਸ਼੍ਰੋਮਣੀ ਕਮੇਟੀ ਨੇ ਆਪਦੇ ਪ੍ਰੋਸਪੈਕਟਸ ਦੇ ਹਿਸਾਬ ਨਾਲ ਜਾਂ ਜਿਹੜੇ ਸਿੱਖ ਹੋਣ ਦੀ ਗੱਲ ਆ ਵੀ ਸਿੱਖ ਰਹਿ ਮਰਿਆਦਾ ਅਨੁਸਾਰ ਸਿੱਖ ਕੌਣ ਹੁੰਦਾ, ਗੱਲ ਤਾਂ ਇੱਥੇ ਰਹਿ ਜਾਣੀ ਸੀ। ਪਰ ਅਸੀਂ ਅਦਾਲਤਾਂ ਵਿੱਚ ਉਸ ਬੱਚੀ ਕਰਕੇ ਜਾਂ ਉਹਦੇ ਪਰਿਵਾਰ ਕਰਕੇ ਉਹ ਗੱਲ ਨੂੰ ਸਮਝਾ ਸਮਝ ਨਹੀਂ ਸਕੇ ਤੇ ਉਹਨਾਂ ਨੇ ਕੁਛ ਹੋਰ ਹੀ ਨਵਾਂ ਕਰਤਾ ਵੀ ਸਿੱਖ ਦੀ ਡੈਫੀਨੇਸ਼ਨ ਵੀ ਕੋਰਟ ਚੈਲੰਜ ਹੋ ਰਹੀ ਆ ਤੇ ਸਿੱਖਾਂ ਦਾ ਅੱਗੇ ਮਾਇਨੋਰਟੀ ਕੋਟਾ ਜਿਹੜਾ ਹੈਗਾ ਕਿ ਕੀ ਇਸ ਅਦਾਰੇ ਦੇ ਵਿੱਚ 50% ਸੀਟਾਂ ਰੱਖੀਆਂ ਵੀ ਜਾ ਸਕਦੀਆਂ ਨੇ। ਸੋ ਇੱਕ ਬੱਚੀ ਜਾਂ ਇੱਕ ਪਰਿਵਾਰ ਨੇ ਇਹ ਸਮਝਣ ਦੀ ਬਜਾਏ ਕਿ ਅਸੀਂ ਸਿੱਖੀ ਚ ਪੂਰਨ ਪ੍ਰਪੱਕ ਕਰੀਏ ਬੱਚੀ ਨੂੰ ਤੇ ਐਡਮਿਸ਼ਨ ਦਵਾਈਏ, ਉਲਟਾ ਕੰਮ ਕਰਦਾ ਕਿ ਪੂਰੇ ਸਿੱਖ ਜਿਹੜਾ ਹੈਗਾ ਆਈਡੈਂਟੀ ਉਹਦੇ ਮੂਹਰੇ ਵੀ ਉਹਨੇ ਕੁਐਸਚਨ ਚਿੰਨ ਲਾਤਾ ਕਿ ਸਿੱਖ ਹੁੰਦਾ ਕੌਣ ਆ। ਹੁਣ ਸਾਡੀਆਂ ਭਾਰਤ ਦੀਆਂ ਅਦਾਲਤਾਂ ਜਿਹੜੀਆਂ ਉਹ ਨਿਸ਼ਚਿਤ ਕਰਨਗੀਆਂ ਕਿ ਸਿੱਖ ਕੌਣ ਹੁੰਦਾ। ਦੂਸਰਾ ਮਾਇਨੋਰਟੀ ਕੋਟਾ ਜਿਹੜਾ ਘੱਟ ਗਿਣਤੀ ਦਾ ਇਹਨੂੰ ਮਿਲਿਆ ਸੀਗਾ ਉਹਦਾ ਹੋ ਗਿਆ। ਹੁਣ ਇਹ ਗੱਲ ਇੱਥੋਂ ਪਹਿਲਾਂ ਹਾਈਕੋਰਟ ਦੇ ਵਿੱਚ ਜਿਹੜਾ ਸੀਗਾ ਇੱਥੇ ਕੇਸ ਜਿਹੜਾ ਸੀਗਾ ਇਹ ਚੱਲਿਆ, ਹੁਣ ਇਹ ਸੁਪਰੀਮ ਕੋਰਟ ਚ ਆ। ਹੁਣ ਸੁਪਰੀਮ ਕੋਰਟ ਦੇ ਵਿੱਚ ਉੱਥੇ ਨਵਾਂ ਕੁਐਸਚਨ ਫੇਰ ਹੋ ਗਿਆ ਖੜਾ ਕਿ ਪੰਜਾਬ ਜਿਹੜਾ ਹੈ ਉਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਮੰਨਿਆ ਜਾਂਦਾ, ਇੱਥੇ ਸਿੱਖਾਂ ਨੂੰ ਘੱਟ ਗਿਣਤੀ ਕੋਟਾ ਕਿਉਂ ਮੰਨਿਆ ਜਾ ਸਕਦਾ ਜੀ, ਘੱਟ ਗਿਣਤੀ ਚ ਕਿਉਂ ਦਈਏ? ਏਦਾਂ ਹੀ ਅੱਗੇ ਫਿਰ ਕਸ਼ਮੀਰ ਦੀ ਗੱਲ ਕਰ ਲਈ, ਏਦਾਂ ਹੀ ਹੋਰਨਾਂ ਸੂਬਿਆਂ ਦੀਆਂ ਗੱਲਾਂ ਜਿਹੜੀਆਂ ਚੱਲ ਪਈਆਂ ਕਿ ਜਿਹੜੇ ਜਿਹੜੇ ਖਿੱਤੇ ਦੇ ਵਿੱਚ ਕੋਈ ਕੌਮ ਜ਼ਿਆਦਾ ਗਿਣਤੀ ਚ ਦਿਖਦੀ ਆ ਤੇ ਉੱਥੇ ਉਹਨੂੰ ਮਾਇਨੋਰਟੀ ਕੋਟਾ ਨਹੀਂ ਚਾਹੀਦਾ, ਹਨਾ, ਇਸ ਤਰ੍ਹਾਂ। ਹੁਣ ਇੱਕ ਨਵੀਂ ਤਰ੍ਹਾਂ ਦੀ ਪੋਜੀਸ਼ਨ ਹੋਰ ਪੈਦਾ ਕਰ ਦਿੱਤੀ। ਤੋ ਇਹ ਜਿਹੜਾ ਸਾਰਾ ਮਾਮਲਾ ਹੈਗਾ ਇਹ ਇੰਨੀਆਂ ਜ਼ਿਆਦਾ ਡਾਇਮੈਂਸ਼ਨਸ ਨਿਗੀਆਂ ਇਹਦੀਆਂ ਕਿ ਇਹਨੂੰ ਸਿੱਧਾ ਪੱਧਰਾ ਜਿਹਾ ਇੱਕ ਰੂਪ ਦੇ ਵਿੱਚ ਦੇਖ ਕੇ ਗੱਲ ਕਰਨੀ ਬੜੀ ਅਸੰਭਵ ਆ। ਅਸਲ ਵਿੱਚ ਜਿਹੜਾ ਮੇਨ ਜਿੱਥੋਂ ਇਹ ਕੰਮ ਚੱਲਿਆ ਉਹ ਤਾਂ ਇਕੱਲਾ ਇੱਕ ਬੱਚੀ ਦੇ ਸਾਬਤ ਸੂਰਤ ਨਾ ਹੋਣ ਦੀ ਗੱਲ ਸੀ, ਉਹਨੂੰ ਕਾਇਲ ਕਰਨ ਦੀ ਗੱਲ ਸੀ ਕਿ ਭਾਈ ਬੱਚਾ ਤੁਸੀਂ ਸਿੱਖ ਮਰਿਆਦਾ ਦੇ ਅਨੁਸਾਰ ਪੂਰੀ ਸਿੱਖੀ ਜੀਵਨ ਅਨੁਸਾਰ ਜਦੋਂ ਹੋਵੋਗੇ ਤਾਂ ਤੁਹਾਨੂੰ ਐਡਮਿਸ਼ਨ ਮਿਲ ਜਾਏਗੀ। ਪਰ ਉੱਥੋਂ ਗੱਲ ਅੱਗੇ ਦੀ ਅੱਗੇ ਤੁਰਦੀ ਸੀ, ਅੱਜ ਇੱਥੇ ਆ ਗਏ ਆ ਕਿ ਭਾਰਤ ਦੀ ਅਦਾਲਤ ਦੇ ਵਿੱਚ ਖੜ ਕੇ ਇੱਕ ਜੱਜਾਂ ਦਾ ਬੈਂਚ ਨਿਰਧਾਰਿਤ ਕਰੂਗਾ ਕਿ ਕੀ ਇਹ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਮਾਇਨੋਰਟੀ ਦਾ ਦਰਜਾ ਉਹ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਹੁਣ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਪੱਖ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ, ਹਾਂਜੀ, ਉਹਦੇ ਵਿੱਚ ਪੂਰਨ ਤਸੱਲੀ ਜਿਹੜੀ ਹੈਗੀ ਆ ਉਹ ਸਿੱਖ ਭਾਈਚਾਰੇ ਦੀ ਨਹੀਂ ਹੋ ਰਹੀ ਹੈਗੀ। ਜੀ, ਗੱਲ ਆਪਦੀ ਜ਼ਰੂਰ ਕਹਿ ਰਹੇ ਹੈਗੇ ਆ ਸਾਡੇ ਪੱਖ ਤੋਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਪੱਖ ਤੋਂ ਵਕੀਲ ਪੇਸ਼ ਹੋ ਰਹੇ ਨੇ, ਪਰ ਉਹਦੇ ਚ ਇੰਨੀਆਂ ਜ਼ਿਆਦਾ ਊਣਤਾਈਆਂ ਦਿਖ ਰਹੀਆਂ ਨੇਗੀਆਂ ਕਿ ਇਹ ਖਦਸ਼ਾ ਪੈਦਾ ਹੋ ਰਿਹਾ ਹੈਗਾ ਕਿ ਹੋ ਸਕਦਾ ਕਿ ਸਿੱਖਾਂ ਨੂੰ ਇਹ ਜਿਹੜਾ ਰੁਤਬਾ ਇਹ ਸਟੇਟਸ ਜਿਹੜਾ ਮਾਇਨੋਰਟੀ ਦਾ ਇੱਥੇ ਇਹਨਾਂ ਨੂੰ ਲੈ ਕੇ ਇੱਥੇ ਕੀਤਾ ਵੀ ਉਹ, ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਆ ਕਿ ਸਾਰੇ ਹਿੰਦੁਸਤਾਨ ਨੇ ਜਿਹੜਾ ਆਪਦੇ ਨਿਯਮਾਂ ਚ ਆਪਦੇ ਵਿਧਾਨ ਦੇ ਵਿੱਚ ਜਿਹਨਾਂ ਕੌਮਾਂ ਨੂੰ ਮਾਇਨੋਰਟੀ ਮੰਨਿਆ, ਹਿੰਦੂ ਇੱਥੇ ਡੋਮੀਨੈਂਟ ਹੈ, ਹਿੰਦੂ ਮੈਜੋਰਟੀ ਆ, ਬਾਕੀ ਜਿਹੜੀਆਂ ਨੇਗੀਆਂ ਇੱਥੇ ਕੌਮਾਂ ਵਸਦੀਆਂ ਉਹਨਾਂ ਨੂੰ ਘੱਟ ਗਿਣਤੀ ਚ ਮੰਨਿਆ ਗਿਆ ਔਰ ਸਾਰਿਆਂ ਨੂੰ ਘੱਟ ਗਿਣਤੀ ਵਾਲਾ ਰੁਤਬਾ ਦੇ ਕੇ ਇੱਥੇ ਮਾਇਨੋਰਟੀ ਕਮਿਸ਼ਨ ਜਿਹੜਾ ਹੈਗਾ ਉਹ ਬਣਿਆ ਹੋਇਆ। ਪਰ ਹੁਣ ਨਵਾਂ ਇੱਕ ਜਿਹੜਾ ਪੋਜੀਸ਼ਨ ਆ ਉਹ ਪੈਦਾ ਕੀਤੀ ਜਾ ਰਹੀ ਹੈਗੀ ਆ, ਕਿਉਂਕਿ ਇਹ ਸਾਰੇ ਦਾ ਸਾਰਾ ਹਿੰਦੂਵਾਦੀ ਜਿਹੜਾ ਏਜੰਡਾ ਹੈਗਾ ਉਹ ਵੀ ਇੱਥੇ ਕੰਮ ਕਰਦਾ। ਸੋ ਚਾਰੇ ਪਾਸਿਓ ਮਾਇਨੋਰਟੀ ਨੂੰ ਜਿਹੜਾ ਘੇਰ ਕੇ ਮਾਰ ਦੇਣ ਦੀ ਬਿਰਤੀ ਵਾਲੀ ਪਹਿਲੀ ਇੱਕ ਭੇੜੀਆ ਵਾਲੀ ਹਿੰਸਕ ਜਿਹੜੀ ਬਿਰਤੀ ਚੱਲ ਰਹੀ ਆ ਉਹਨੂੰ ਇੱਕ ਹੋਰ ਮੌਕਾ ਮਿਲਿਆ ਹੈਗਾ ਹੋਰਨਾਂ ਕੰਮ ਘੱਟ ਗਿਣਤੀਆਂ ਵਾਂਗੂ ਸਿੱਖਾਂ ਨੂੰ ਵੀ ਇਸ ਬਹਾਨੇ ਦੱਬਣ ਦਾ। ਤੋ ਇਹ ਇੱਕ ਕੇਸ ਇੱਕ ਸਿੱਧਾ ਸਾਧਾ ਕੇਸ ਜਿਹੜਾ ਸੀਗਾ ਉਹ ਨਹੀਂ ਰਿਹਾ, ਹੁਣ ਇਹ ਕਈ ਕੌਮਾਂ ਨੂੰ ਸਿੱਖਾਂ ਸਮੇਤ ਪ੍ਰਭਾਵਿਤ ਕਰੂਗਾ। ਇਹਦੇ ਜਿਹੜੇ ਰਿਜ਼ਲਟ ਨੇਗੇ ਉਹ ਇਸ ਖਿੱਤੇ ਦੇ ਵਿੱਚ ਨਵੀਆਂ ਉਲਝਣਾਂ ਪੈਦਾ ਕਰਨਗੇ ਤੇ ਨਵੇਂ ਜਿਹੜੇ ਮਸਲੇ ਆ ਉਹ ਹੋਰ ਪੈਦਾ ਹੋਣਗੇ। ਓਕੇ, ਸੋ ਵੀਰ ਜੀ, ਜਿਸ ਤਰ੍ਹਾਂ ਮੈਂ ਕੁਐਸਚਨ ਕੀਤਾ ਸੀ ਅਗਰ ਅਸੀਂ ਕੇਸ ਜਿੱਤ ਜਾਂਦੇ ਹਾਂ ਤਾਂ ਕੀ ਹੋਵੇਗਾ, ਅਗਰ ਕੇਸ ਹਾਰ ਜਾਂਦੇ ਤਾਂ ਕੀ ਹੋ ਜਾਏ, ਬਿਕੋਜ਼ ਅਗਰ ਅਸੀਂ ਕੇਸ ਜਿੱਤ ਜਾਂਦੇ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਸਿੱਖਾਂ ਨੂੰ ਇੱਕ ਮਾਇਨੋਰਟੀ ਵਜੋਂ ਜਾਣਿਆ ਜਾਏਗਾ ਪੰਜਾਬ ਦੇ ਵਿੱਚ, ਅਗਰ ਕੇਸ ਹਾਰ ਜਾਂਦੇ ਤੁਹਾਨੂੰ ਲੱਗਦਾ ਕਿ ਜਿਹੜੀ ਉੱਥੇ ਦੀ ਹੋਰ ਮਾਇਨੋਰਟੀਜ਼ ਨੇ ਉਹ ਸਿੱਖਾਂ ਦੇ ਪੈਸਿਆਂ 'ਤੇ ਫਰੀ ਆਪਣੀ ਐਜੂਕੇਸ਼ਨ ਲਾਂਗੇ? ਸੋ ਦੋਨੇ ਬੇਸਿਸ ਦੇ ਵਿੱਚ ਹਾਰਦੇ ਤਾਂ ਦੋਨੇ ਪਾਸੇ ਸਿੱਖ ਹੀ ਆ, ਡੋਂਟ ਯੂ ਥਿੰਕ ਸੋ? ਹਾਂਜੀ, ਇਹ ਹੈ ਉਹ ਦੁੱਖ, ਇਹੀ ਹੈ ਉਹ ਸੰਤਾਪ ਕਿ ਕਿੰਨਾ ਕੁਛ ਸਾਨੂੰ ਝੱਲਣਾ ਪੈ ਰਿਹਾ। ਜੇ ਅਸੀਂ ਮਾਇਨੋਰਟੀ ਮੰਨੇ ਜਾਂਦੇ ਹਾਂ ਤਾਂ ਵੀ ਸਾਨੂੰ ਬੜਾ ਕੁਛ ਜਿਹੜਾ ਹੈਗਾ ਨੈਗੇਟਿਵ ਦਿਖ ਰਿਹਾ, ਤੇ ਜਦੋਂ ਅਸੀਂ ਮਾਇਨੋਰਟੀ ਨਹੀਂ ਮੰਨੇ ਜਾਂਦੇ ਉਦੋਂ ਵੀ ਅਸੀਂ ਬਹੁਤ ਸਾਰਾ ਦੁੱਖ ਝੱਲਦੇ ਹਾਂ। ਤੋ ਸਾਰੀ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਉਹਦੇ ਲਈ ਇੱਕ ਰਿਜ਼ਰਵ ਕੋਟਾ, ਮਤਲਬ ਚਾਹੇ ਕੈਨੇਡਾ, ਅਮਰੀਕਾ, ਇੰਗਲੈਂਡ, ਚਾਹੇ ਕੋਈ ਪੰਜਾਬ ਤੋਂ ਬਾਹਰ ਬੈਠਾ ਸਿੱਖ ਆ, ਉਹਦੇ ਲਈ ਜੇਕਰ ਸ਼੍ਰੋਮਣੀ ਕਮੇਟੀ ਦੇ ਇਸ ਅਦਾਰੇ ਵਿੱਚ ਇਹ ਹੈਗਾ ਵੀ ਚਲੋ ਇਹ ਸਿੱਖ ਵਾ ਤੇ ਸਿੱਖ ਪ੍ਰੈਕਟਿਸ ਅਨੁਸਾਰ ਪੂਰਨ ਤੌਰ ਦੇ ਉੱਤੇ ਮਰਿਆਦਾ ਦੇ ਅਨੁਸਾਰ ਪੂਰਾ ਉਤਰਦਾ, ਤੇ ਉਹਦੇ ਚ ਇੱਕ ਸੀਟ ਪੱਕੀ ਉਹਨੂੰ ਪਤਾ ਹੈਗਾ ਕਿ ਮੈਂ ਇਹਨੂੰ ਜਿਹੜੀ ਹੈਗੀ ਆ
जेडे मेरे मैं शर्त बाकी पूरिया करता होव मैं सिख होने के नाते इस कोटे चो सीट मिल जूगी। जी एक बच्चे की बड़ी होंगी है, बाहरों विदेशों को भी आके इतने स्टूडेंट्स पढ़ते हैं तो होर भी पंजाब तो बहरों भी आके पढ़ते हैं। कला पंजाब के सिखा लिए कोटा नहीं है, सिख लिए कोटा वो सिख जरा कितों भी आके जड़िया शर्त बाकी पूरिया करता होटे च एडमिशन लें। पर अज जेकर यह कोटा अं गवा लेंगे तो जह जहा कंपीटिशन का दौर अज का है उत्थे साडे सिख बच्चे बच्चियां जिहड़ा हैगा हर थां दे उत्ते जिस तरीके नाल चैलेंज मिल रहे ने सिख आइडेंटिटी नूं चैलेंज मिल रहा हैगा उहदे करके विद्यक अदारियां दा जिहड़ा माहौल हैगा उहदे करके असीं जदों देखदे आं तां बहुत दूर तक निराशा वाला ते मायूसी वाला उदासी वाला जिहड़ा माहौल आ साडे सामणे आ के खड़ा हो जांदा। जिहड़ी तुसीं दूसरी गल कहिंदे हो कि मान लो इह सानूं जिहड़ा हैगा रुतबा मिल जांदा, हांजी उहदे आपदे नेगेटिविटीज़ नेगीआं, उहदे बहुत सारा कुछ असि देख रहे हैं कि घट गिणती कला उन्होंने पंजाब च मनना के सारे मुल्क च मनना, उन्होंने एक नवी जी है दुबदा वह कौम के सामने लैके खड़ी की है। ये जे रिजल्ट ने गे सानू होर संताप देने हक च आ जा खिलाफ आ। मैं फिर बार बार उही गल कहता कि एक तो असि अज लिलकड़ियां कढ़ते फिरते हैं इस हिंदुस्तान की सिस्टम के मूहे, एक पासे असि आजाद मुल्क आजाद कौम वजो जाना चाहते हैं, दूसरे पासे एक बच्ची नूं असीं कायल करना सी श्रोमणी गुरद्वारा प्रबंधक कमेटी दे इन्हां सत्कार हस्तियां ने इन्हां वड्डियां वड्डियां नाम वालियां शख्सियतां ने उस बच्ची नूं उहदे परिवार नूं बिठा के कायल करन दी लोड़ सी कि कोर्ट च जाण वाली गल नहीं हैगी, इह पूरी कम्यूनिटी नूं एक बहुत वड्डा क्राइसिस विच तुसीं सुट दिओगे। तुसीं मन्नोगे तुहाडे मतलब उहनूं जायज उहनूं कायल करना चाहीदा सी कि तुसीं एडमिशन क्यों नहीं लै सकदे। जी जी अमित भी जिस गल की क्योंकि ये जो काफ़ी कन्फ्यूजन है पर इसको ईजली हैंडल किया जा सकता है। जिस तरह तुम कहा कि बच्ची साबित सोच नहीं सी ना ऑनलाइन तो पढ़िया गया से भी की प्रॉब्लम सी बच्ची दे विच, क्योंकि इस दे विच जिहड़ी 50% सीटा होंदियां ने जिहड़े साबित सूरत सिख होंगे ज अमृतधारी सिख होंगे उन्होंने मिलदियां, पर जिहड़ी बाकी दी 50% सी एस जी पी सी उस दे विच इस बच्ची नूं लैके जा सकते सीगे, ये मामला बाहर ही हल हो सकता सीगा। पर जिस तरह कोर्ट तक सारा मामला गया डोंट यू थिंक कि काफ़ी लंबा चौड़ा हो गया, हर पासे ओ सिखां दी हार हो रही है इस विच। बिल्कुल जी यही ता जेड़ा हैगा असि कलप रहे हैगे आ कि मिस हैंडलिंग जेड़ी आ ओ इन्ने मतलब अजीब तरीके नाल इह करदे ने कि इन्हां नूं आपदी जिम्मेवारी दा अहसास ही है नहींगा। अज सिख दी आइडेंटिटी वी सिख कौण आ इह कौण निश्चित करूगी, इहो जिहे केस अदालतां विच जाणगे ते साडा इक नहीं दो नहीं साडे टोटली तौर दे उत्ते कम्युनिटी दे भाईचारे दे जिहड़े सिख कौम दे जिहड़े मसले ने अज आपां जदों निगाह मारदे आ ओह इन्हां मौजूदा दौर दे इन्हां आगूआं करके जी बहुत ज्यादा भैड़ी हालत आ साडी। अज देखो श्रोमणी गुरद्वारा प्रबंधक कमेटी का किन्ने लंबे अरसे तो अदालत विच सहजधारी वाले मसले करके केस लड़क रहे हैं, सिख की आइडेंटिटी बारे केस लड़क रहे हैं, इसे तरीके नाल इह साडा आ गया माइनोरिटी वाला, अनेक ही इंपोर्टेंट जिहड़े अहम इशू ने संवेदनशील इशू ने गे उन्हां सारे मामलों नूं असीं भारतीय अदालतों विच लैके जा चुके हैं और यह मौजूदा दौर की सिखां दी धार्मिक ते सियासी लीडरशिप ने जो सानूं यह तोहफा दिता हैगा ना यह जो साडे सिर ते इन्हां ने कम्यूनिटी दे सिर ते सवाह पाई हैगी आ यह उहदा एक बहुत ही भैड़ा जिहड़ा हैगा दौर असीं हंडा रहे हैं और बहुत ही वड्डी वड्डी बहुत वड्डी एक क्राइसिस दे विच असीं लंघ रहे हैं। जी बिल्कुल बिल्कुल वीर जी, वीर जी थैंक यू सो मच कि तुसी इस मुद्दे तो पूरे वेरवे सह सू जानकारी दी, काफ़ी सारी कन्फ्यूजन सी तुसी उसनों भी काफ़ी क्लीयर किया सो थैंक यू सो मच फॉर दैट। वीर जी हुण जो बाकी दे मुद्दे ने उन्होंने उपर भी असी एक्चुअली थोड़े विचार लेने चाहवांगे। जिस तरह मिनोरिटीज की गल करते पे जिस तरह हैदराबाद यूनिवर्सिटी में एक दलित विद्यार्थी रोहित विमुला ने भी आत्महत्या की है पिछले दिन, अस चाहवांगे कि इस बारे भी सू पूरी जानकारी दो किस तरह प्रोसेस से की होया सब कुछ, बिकॉज जिस तरह सुनने में आया कि 7 महीने पहला उन्होंने जिस तरह लैटर लिखी हुई सी एंड ओवरऑल उस तो बाद उन्होंने आत्महत्या की है, काफी विद्यार्थी भी इस वेले यू नो रोस दिखा रहे ने विरोध कर रहे ने, ओवरऑल ये सारी घटना किवें हुई है इस बारे सानू जानकारी दिओ। देखो ये गल जेड़ा आपां पहला मामला डिस्कस कर रहे हैगे आ इशू साडी ओ कौम दा सिख कौम दा, पर टोटली तौर दे उत्ते जो कुछ वापर रहा ओह यही जेड़ा रोहित वर्मा बेमुला वाला केस आ, रोहित बेमुला और ये जेड़ा केस हैगा इहदे वांगू ही ये सारा मामला के जिहड़ी मुल्क दे विच हिंदुस्तान दे विच जिहड़ी अपर कास्ट आपदे आप नूं समझदे आ ब्राह्मणवादी लोक जिहड़े नेगे उह समझदे आ कि बाकी जिहड़े लोक ने उहनां नूं किवें जिउणा किवें उहनां ने रहिणा की उहनां ने करना उह असीं निश्चित करांगे, और मल्लो मल्ली हैगा कि जिहड़ी जात वरण दी व्यवस्था हैगी आ उहदे अनुसार उह सारा चलाउंदे ने
कि यह नीच आ, यह शूदर आ, यह घटिया वा, यह दलित वा, यह फलाना है, वह तो दूजे गैर गैर हिंदू नू जिवें वह ट्रीट करदे आ अपने सामने सारा कुछ। और जिहड़ा ब्राह्मणवाद ने यह जिहड़ा दिता कॉन्सैप्ट के मनुखता दीआं वंडियां पा के नफरत का पाठ पढ़ाया हैगा, इहदे खिलाफ साडे धर्म ने सब तो पहला गुरु नानक साहिब जी ने इन्हां सारे लोगों जिहड़े ब्राह्मणवाद के सताए हुए लोग सीगे उन्हां नू गल नाल भी लाया। और आप जानते हैं कि जो उन्होंने कहा कि तुम ये माड़े बंदे आ, नकमे बंदे आ, नीच बंदे आ, तो गुरु साहब ने स्पष्ट तौर पर कहा कि नीचा अंदर नीच जात, नीच हूं अत नीच, नानक तिन के संगत आदि भटिया सौ क्या रीस। मैं ब्राह्मणवादी या होर भटिया तो मैं की लेना, मेरे लिए ये जिन्होंने तुम नीच कहने यही सब कुछ ने। तो इतने यह जरा अकाल पुरख वाहगुरु की सर्दी हुई मनुखता वंडिया पा के ब्राह्मणवाद ने जिते लाके सीटिया होया रूप के जी घटनाक्रम आप जो देखते हैं तो उस स्टूडेंट उस विद्यार्थी होर विद्यार्थियों जो संताप उ भुगना पै रहा अपर कास्ट के वालों जी वो एक निके जे लैवल से नहीं है। नैशनल लैवल की पोलिटिक्स जी इनवॉल्व आ और जी सेंटर के कैबिनेट मिनिस्टर तक लैटर जेडे ने साडे सामने आए हैं कि किवें उन्हां विद्यार्थियों के खिलाफ एक पूरी मूवमेंट बनाई गई और अखीर से उन्हों का समाजिक जोड़ा है बाइकआउट किया गया कि उन्होंने होस्टल च नहीं बढ़ दिता जाऊगा और उसू जी कॉलेज की कंटीन आ जितों खाना खाना स्टूडेंट्स ने विद्यार्थियों ने उत्थे भी नहीं बैठन दिता जाऊगा। जिन्ना तंग परेशान और ये एक घटना नहीं दो घटना नहीं, हिंदुस्तान के हर सूबे च हर खिते इस तरीके अपर कास्ट ब्राह्मणवादी जी सोच आ वो दूजे नाल इस तरीके बिहेव करती है। और बदकिस्मती बस आप मनना चाहिए है कि साड़ी कौम के भी अजे तक पूरी तरह यह चीज नहीं जा सकी हैगी जी ये सोच हैगी भावें अभी बहुत बड़े लैवल से इस चीज़ को आपके कढ़ सके हैं गुरु साहबान की सिक्ख्या के सहारे पर कदे ना कदे साडे विचों भी कदे ना कदे अजी बो जी हैगी आ जाती है। पर जिथे इस चीज का बिल्कुल ही पूरा वो हक च खड़ा जिहड़ा सिस्टम आ ब्राह्मणवादी सोच दे उत्थे किन्नी दुर्गति मनुखा दी इन्हां दी हुंदी होगी उहदी एक उदाहरण आ कि अखीर दे उत्ते उस विद्यार्थी नूं अपनी जान देनी पई। ये खुदकुशी नहीं, ये कतल वा और इहदा कातल वह ब्राह्मणवादी निजाम आ, वह हिंदूवादी निजाम आ जिस निजाम ने मनुखता दीआं वंडियां नूं मानता दित्ती होई आ, जिन्हें नफरत करन नूं दूजे नूं हेठ समझना, दूजे की हेठी करनी, बेइज्जती करनी, जलील करन नूं एक कानूनी धार्मिक नैतिक मानता दित्ती होई आ कि यह करन वाले बंदे तां बहुत वधिया ने जी, अपर कास्ट फिर की हो गया जी इन्हें बेइज्जती करती जी जलील कर। तो इस तरीके नाल यह जिहड़ा कुछ होया इहदे नाल सारी मनुखता नूं और खास तौर पर सिख भाईचारे नूं और दुनिया भर के जिहड़े मनुखी अधिकारां दा सन्मान करन वाले लोग ने उन्हां नूं खड़ना चाहिए इस गल के हक के जोड़ा कुछ हो रहा इन चैलेंज किया जाए और इस चीज को रोकया जाए। यह मनुखता दिया वंडिया जात वर्ण दिया वंडिया ऊंच नीच दिया वंडिया जड़िया है इन्हों करन वाले लोग आ जेड़े इन्हों के नाल किवें बिहेव करना यह सानू लेक्चर करना पऊ। बिल्कुल बिल्कुल वीर जी। तो वीर जी जिस तरह पिछले दिन ही दरबार साहब के गोलीकांड होया, किसी कहने गोली बाहरों आई सी पर दरबार साहब के सेवादार दे जाके गोली लगी है, यह एक घटना सी। इस दिन तो बाद लुधियाने दे विच भी जिस तरह RSS शाखा से अटैक होया, उत्थे भी कहने किसी ने गोली चलाने की कोशिश की पर कोई ज्यादा नुकसान नहीं होया। यह दोवें घटनावां नूं तुसीं किवें वेखते हो, तुहानूं लगदा कि इन दोनों घटनावां दे विच कोई सिमिलैरिटी हैगी आ? देखो मैं अमृतसर में रहा जी, मैं इतने पुलिस की कोई यह सरगर्मी नहीं देख रहा है कि उस केस ने उस गल तो बाद भी मीडिया के रिपोर्ट्स आई रही कि दो तीन थावां ते होर भी इस तरीके दी अमृतसर के गोली जी है चली है। ओके, पर साडे लई जिहड़ा कंसर्न आ कि दरबार साहब की परिक्रमा के बाहरों आके एक साडे सेवादार की गोली वजदी है और पुलिस जी हैगी बारे मतलब आराम नाल शांति नाल मतलब बैठी है। दूजे पासे RSS वालों के एको सारी शक्की घटना वो बारे बिल्कुल ही मतलब है लगता है कि दिल्ली च जी लुधियाने च हुई है घटना वो बिल्कुल एक शक्की घटना कि पता नहीं वो सवेरे सवेरे सवार आप ही वो बंदे सके वो सारे का आपको पहलों भी पता है इदा दारदत्ता करनिया करवाई आपकी सिक्योरिटी बधाई अज के अखबारों से खबर है कि कल तक उसे 15 तो वह बंदे नहीं जुड़ते अज उ 50-60 बंदे जोड़े थे वो पहुंचे हुए थे। तो वह जरा सारा चक्कर उ लुधियाने वाला वो प्रति स्टेट की नीति होर आज DGP का भी स्टेटमेंट अखबारों से छपी है कि जी असं ऐ कर रहे हैं, पर जी अमृतसर दरबार साहब की घटना वो इन्होंने नॉर्मल जा भी कोई गल ही नहीं होगी जिमें उदा लिया है। तो ये असं समझते हैं कि ये पिछे एक बहुत गंभीर जी है एक सीरियस जी है मूव कोई वो चलाई जा रही है, सिखां नूं बहुत ही ज्यादा अलर्ट रहन की लोड़ है क्योंकि एकदम भावुक होकर कोई गल कह देनी वो नहीं, तो ये सानू आपदे तौर दे उत्ते बहुत सारा ख्याल रखने की लोड़ आ क्योंकि सानू पता कि इंडिया का निजाम इंडियन सिस्टम साडे खिलाफ आ, इतों सानू जिहड़ी सच्चाई आ वो बहुत घट मिलण दे चांस हुंदे ने
पर जिवें आपां कुछ फैक्ट देखदे आ तां उह साडे सामणे आ कि दरबार साहिब वाली घटना बारे पुलिस दा रवैया बिलकुल ही एवें बस कोई गल ही नहीं जिवें होई हुंदी इदां दा वा। ते उत्थे एक हवाई फायर जिहा की हो गया, उत्थे तां नेरी ठाली पई आ, डीजीपी साहब नूं खुद नूं नोटिस लैणा पै रिहा हैगा कि लो जी हिंदू ते। यह उही गल जिहड़ी बाबा जरनैल सिंह जी कहिंदे हुंदे सीगे कि एक हिंदू जिहड़ा हैगा उह माड़ा जिहा उहनूं झरीट वी आ जावे तां दिल्ली तक कंप जांदे ने, पर सिखां दा जिहड़ा हैगा वड्डे तों वड्डी घटना वापर जावे, सिख बेदोशे मारे जाण कतलेआम हो जावे, कोई सुनवाई नहीं। तो दरबार साहिब वाली घटना बारे ते लुधियाने वाली घटना बारे जिहड़े वक्खरे वक्खरे मापदंड इस पंथक सो कॉल्ड पंथक सरकार दे नेगे उह साडे सामणे नेगे। बिल्कुल बिल्कुल वीर जी। तो वीर जी, जैसा पिछली बार थोड़ा असं पठानकोट वाली घटना बारे भी गलबात की, सर दो तीन मिनट रह गए, सो इस बारे भी थोड़े को एक क्वेश्चन करना चाहवागी। जिस तरह कहते पठानकोट के टैरिस अटैक होया सगा, काफ़ी सारिया मीडिया ने डिफरेंट डिफरेंट खबर लाइया सी, इस दे विच एस पी सलविंदर सिंह नू भी क्या से कि उहदी इनवॉल्वमेंट है, पर जिस तरह पिछले दिन उहदा लाइक डिटेक्टिव टैसट होया, सारा कुछ होया, डिटेक्ट किया गया, पर जिस तरह लाइक उस दे विच सामने आया कि शायद इहदिया भी ड्रग माफिया दे नाल इसदी इनवॉल्वमेंट है, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਬਿਲਕੁਲ ਜੀ, ਇਹ ਪਿਛਲੇ 10-15 ਸਾਲ ਤੋਂ ਆਪਾਂ ਇੱਥੇ ਲੋਕ ਚਰਚਾ ਕਰ ਰਹੇ ਆ, ਖੁੰਡ ਚਰਚਾ ਹੋ ਰਹੀ ਆ, ਇਹ ਸਾਰੀ ਸੱਚੀ ਆ। ਪੰਜਾਬ ਦੇ ਜਿਹੜੇ ਸਿਆਸਤਦਾਨ ਨੇ, ਖਾਸ ਤੌਰ ਤੇ ਅਕਾਲੀ ਦਲ ਨਾਲ ਸੰਬੰਧਿਤ ਸਿਆਸਤਦਾਨਾਂ ਦੀ ਬੜੀ ਚਰਚਾ, ਇਹ ਨਸ਼ੇ ਦਾ ਕਾਰੋਬਾਰ ਕਰਦੇ ਆ। ਐਸ ਪੀ ਸਲਵਿੰਦਰ ਸਿੰਘ ਵੀ ਉਸੇ ਡਰੱਗ ਰੈਕਟ ਦਾ ਇੱਕ ਹਿੱਸਾ ਜੀ, ਉਹਨੂੰ ਕਹਿੰਦੇ ਆ ਵੀ ਇਹਦੇ ਬਦਲੇ ਚ ਗੋਲਡ ਜਾਂ ਜਿਹੜੇ ਹੀਰੇ ਆ ਉਹ ਦਿੱਤੇ ਜਾਂਦੇ ਸੀਗੇ। ਇਹ ਕੱਲਾ ਸਲਵਿੰਦਰ ਸਿੰਘ ਦੇ ਹੋਰ ਵੀ ਬਹੁਤ ਸਾਰੇ ਅਫਸਰ ਅਧਿਕਾਰੀ ਹੋਣਗੇ, ਤੇ ਇਹਨਾਂ ਦੀ ਜਾਂਚ ਕਰਨ ਲਈ ਉਹ ਆਪਦੇ ਨਾਲ ਸੁਨਿਆਰੇ ਨੂੰ ਰਜੇਸ਼ ਨੂੰ ਲੈ ਕੇ ਗਿਆ ਸੀਗਾ, ਜਿਹੜਾ ਉੱਥੇ ਮੌਕੇ ਦੇ ਉੱਤੇ ਘਟਨਾਕ੍ਰਮ ਦੇ ਵਿੱਚ ਸ਼ਾਮਿਲ ਪਾਇਆ ਗਿਆ। ਇਹਨਾਂ ਨੂੰ ਅਸਲ ਵਿੱਚ ਉਹਨਾਂ ਬੰਦਿਆਂ ਨੇ ਵਰਤ ਲਿਆ, ਜਿੰਨੀ ਕੁ ਗੱਲ ਸਾਹਮਣੇ ਇਸ ਟਾਈਮ ਮੀਡੀਆ ਰਿਪੋਰਟ ਦੇ ਸਹਾਰੇ ਆਈ ਆ, ਇਹਨਾਂ ਨੂੰ ਪਤਾ ਨੀ ਸੀਗਾ ਵੀ ਉਹ ਗਾਂਹ ਵਾਲੇ ਬੰਦੇ ਜਿਹੜੇ ਹੈਗੇ ਆ ਐਤਕੀ ਕੋਈ ਡਰੱਗ ਵਾਲੇ ਨੀ ਹੈਗੇ, ਉਹ ਕਿਸੇ ਹੋਰ ਧੰਦੇ ਵਾਲੇ ਆ, ਹੋਰ ਕੰਮ ਵਾਲੇ ਆ। ਬਾਅਦ ਚ ਇਹਨਾਂ ਦਾ ਉਹਨਾਂ ਨਾਲ ਕਲੇਸ਼ ਕਲੂਸ਼ ਹੋਇਆ ਜਾਂ ਇਹਨਾਂ ਨੇ ਰੌਲਾ ਰੱਪਾ ਪਾਇਆ ਹੈਗਾ, ਪਰ ਅਸਲ ਵਿੱਚ ਇਹ ਸਾਰੀ ਦੀ ਸਾਰੀ ਇਸ ਗੱਲ ਦੇ ਬਹਾਨੇ, ਪਠਾਨਕੋਟ ਵਾਲੀ ਗੱਲ ਦੇ ਬਹਾਨੇ, ਦੀਨਾਨਗਰ ਵਾਲੀ ਗੱਲ ਵੀ ਜਿਹੜੀ ਜਿਹੜੇ ਸਾਡੇ ਵਰਗਿਆਂ ਦੇ ਖਾਦਸ਼ੇ ਨੇ ਕਿ ਉਹ ਵੀ ਇਸਦਾ ਦੀ ਕੋਈ ਘਟਨਾ ਵਾ। ਤੋ ਪੰਜਾਬ ਦੇ ਵਿੱਚ ਡਰੱਗ ਦਾ ਜਿਹੜਾ ਧੰਦਾ ਹੈਗਾ ਉਹ ਇਹਨਾਂ ਅਫਸਰਾਂ ਅਤੇ ਇਹਨਾਂ ਸਿਆਸਤਦਾਨਾਂ ਦੇ ਸਹਾਰੇ ਚੱਲ ਰਿਹਾ, ਤੇ ਜਿਹੜੀਆਂ ਪੰਜਾਬ 'ਚ ਆਹ ਵਾਰਦਾਤਾਂ ਹੋਣ ਲੱਗੀਆਂ ਨੇਗੀਆਂ ਉਹਨਾਂ 'ਚ ਵੀ ਇਹਨਾਂ ਦੀ ਘਟਨਾ ਕਰਨ ਦੇ ਵਿੱਚ ਇਨਵੋਲਵਮੈਂਟ ਜਿਹੜੀ ਹੈਗੀ ਆ ਉਹ ਸਾਹਮਣੇ ਆਊਗੀ। ਤੇ ਇਹ ਆਪਾਂ ਮੰਨ ਲਈਏ, ਇਹ ਇਸ ਗੱਲ ਨੂੰ ਯਕੀਨ ਕਰੋ ਕਿ ਇਹ ਗੱਲ ਇੱਕ ਤੱਥ ਨਹੀਂ, ਇਹ ਇੱਕ ਹਕੀਕਤ ਇੱਕ ਸੱਚਾਈ ਆ ਕਿ ਪੰਜਾਬ ਦੇ ਅਕਾਲੀ ਸਿਆਸਤਦਾਨ ਅਤੇ ਬਹੁਤ ਸਾਰੇ ਜਿਹੜੇ ਹੈਗੀਆਂ ਕਾਲੀਆਂ ਭੇਡਾਂ ਜਿਹੜੀਆਂ ਅਫਸਰ ਨੇਗੇ ਜਾਂ ਹੋਰ ਨੇਗੇ, ਇਹ ਰਲ ਮਿਲ ਕੇ ਪੰਜਾਬ ਦਾ ਘਾਣ ਕਰਵਾਉਣ ਦੇ ਤੁਲੇ ਹੋਏ ਨੇ, ਨਸ਼ਿਆਂ ਨਾਲ ਵੀ ਤੇ ਗੋਲੀਆਂ ਬੰਬਾਂ ਨਾਲ ਵੀ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜੇ ਇਹ ਰੀਸਨ ਮੁੱਦੇ ਸੀਗੇ ਉਹਨਾਂ ਉੱਪਰ ਵਿਚਾਰ ਆਪਣੇ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।